ਕੰਮ ਵਿਖਾਉਣ ਲੱਗੇ ਮੇਨ ਵੀਰ ਸਾਡੇ ਨੇ ਕੀਤਾ ਜਿਹੜਾ ਜਿਹੜੇ ਕੰਮ ਦਾ ਡਰ ਸੀ ਉਹ ਗੱਗੂ ਹੁਣਾਂ ਨੇ ਕਰਤਾ। ਗੱਗੂ ਹੁਣਾਂ ਦੀਆਂ ਗਲਤੀਆਂ ਤੇ ਪਰਦਾ ਪਾਉਂਦੇ ਸੋਖੀ ਜੀ। ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਤੇ ਅੱਜ ਦੇ ਵਲੌਗ ਦੇ ਵਿੱਚ ਸਾਰੇ ਜਾਣਿਆਂ ਦਾ ਸਵਾਗਤ ਹੈ। ਅੱਜ ਤੁਹਾਨੂੰ ਆਪਣੇ ਗੱਗੂ ਦੀ ਮੇਨ ਕੰਮ ਵਿਖਾਉਣ ਲੱਗੇ ਮੇਨ ਵੀਰ ਸਾਡੇ ਨੇ ਕੀਤਾ ਜਿਹੜਾ। ਠੀਕ ਆ ਵੀਰ, ਸਾਡਾ ਹੈਵੀ ਡਰਾਈਵਰ ਆ ਤਗੜੇ ਲੈਵਲ ਦਾ। ਅਤੇ ਵੀਰ ਨੇ ਨਾ ਟਰਾਲੀ ਕਿਹਾ ਸੀ, ਚਾਰ ਪਾਉਂਦੇ ਪਿਆ ਸੀ ਅਤੇ ਵੀਰ ਹੋਣਾਂ ਨੇ ਟਰਾਲੀ ਐਂ ਮੁੱਦੀ ਕੀਤੀ ਜਿਵੇਂ ਚਾਹ ਦਾ ਕੱਪ ਹੁੰਦਾ ਵਾ, ਐਂ ਨਹੀਂ ਮੁੱਦਾ ਕਰ ਦੇਈਦਾ ਹੁੰਦਾ। ਹਾਂ ਵੀਰ, ਬਹੁਤ ਹੈਵੀ ਡਰਾਈਵਰ ਆ, ਬਹੁਤ ਤਕੜੇ ਲੈਵਲ ਦਾ, ਸਿਰਾ ਹੀ ਕਰਾ ਛੱਡਿਆ। ਟਰਾਲੀ ਦੇ ਹਾਲਾਤ ਵੇਖੇ ਤੁਸੀਂ? ਖੜਾ ਉੱਥੇ ਵੇਲਾ ਅੰਦਰ ਦਾ ਮਤਲਬ ਕਿ ਆਪੇ ਪਿਘਲ ਕੇ ਲੋਹਾ ਕਿਰਾਇਆ ਬਣ ਗਿਆ, ਕਿਰਾਇਆ ਬਣ ਗਿਆ ਪਿਘਲ ਸ਼ੇਪ ਚ ਆ ਗਿਆ। ਮੈਂ ਤਾਂ ਕਿਰਾਇਆ ਹੀ ਬਣਨਾ, ਲੋਹੇ ਆਪ ਚਾਹੁੰਦੇ ਮੈਂ ਸੰਧੂ ਡੇਰੀ ਫਾਰਮ ਦੇ ਜਾਣਾ। ਟ੍ਰੈਕਟਰ ਬਣਾਉਣਾ ਜਿਹੜੇ ਕੰਮ ਦਾ ਡਰ ਸੀ ਉਹ ਗੱਗੂ ਹੁਣਾਂ ਨੇ ਕਰਤਾ ਹੈ। ਇਹੀ ਕੰਮ ਦਾ ਸਾਨੂੰ ਡਰ ਸੀ ਗੱਗੂ ਤੋਂ ਕਿ ਵੀਰ ਨੇ ਆਪਣੇ ਚਾਰ ਪਾਉਂਦੇ ਪਾਉਂਦੇ ਤੇ ਟਰਾਲੀ ਨੂੰ ਮੁੱਦਾ ਮਾਰ ਦਿੱਤਾ। ਵੀਰ ਹੋਣਾਂ ਤੋਂ ਇੰਨੀ ਉਮੀਦ ਸੀ, ਪੂਰੇ ਤਗੜੇ ਡਰਾਈਵਰ ਬਣ ਰਹੇ ਸੀ ਇਹ ਚੋਟੀ ਦੇ, ਤੇ ਚੋਟੀ ਦੇ ਡਰਾਈਵਰਾਂ ਨੇ ਤਗੜੇ ਨੁਕਸਾਨ ਕਰ ਦਿੱਤਾ। ਜਾਲੀ ਜੁਲੀ ਭੰਨ ਦਿੱਤੀ ਗਈ ਹੈ ਵੀਰ ਹੋਣਾਂ ਵੱਲੋਂ, ਤੇ ਟਰਾਲੀ ਨੂੰ ਹੌਲੀ ਨਹੀਂ ਨੰਘਾਇਆ। ਤੇਜ਼ ਨੰਘਾਉਣ ਦੇ ਚੱਕਰ 'ਚ ਵੀਰ ਜੀ ਹੋਣਾਂ ਨੇ ਡੰਡ ਲਾ ਦਿੱਤੀ। ਜੱਖਣਾ ਤੁਸੀਂ ਪੱਟ ਦਿੱਤੀ ਏ, ਐਡੇ ਹੈਵੀ ਡਰਾਈਵਰ ਕਿਉਂ ਬਣਦੇ ਸੀ ਭਰਾਵਾ? ਤੇ ਹੌਲੀ ਨੰਘਾ ਲੈਂਦਾ, ਉੱਥੇ ਲੀਆਂ ਬਣੀਆਂ ਉੱਧਰ ਦੀ ਨਹੀਂ ਲਗਿਆ ਹੈਂ। ਹੁਣ ਮਸ਼ੀਨ ਨਾਲ ਸਿੱਧੀ ਕਰੋ। ਡਰਾਈਵਰ ਵੀਰ ਜੀ ਦੀ ਇੰਟਰਵਿਊ ਲਈ ਜਾਵੇ ਜਿਨ੍ਹਾਂ ਨੇ ਟਰਾਲੀ ਮੂਧੀ ਮਾਰੀ। ਇਹ ਵੀਰ ਜੀ ਟਰਾਲਾ ਤੁਹਾਨੂੰ ਪਤਾ ਕਿੰਨੇ ਦਾ? ਟਰਾਲੀ ਦੱਸੋ, ਇਹਨੂੰ ਟਰਾਲੀ ਹੈ ਕਿੰਨੇ ਦੀ ਪਲਟੀ? ਇਹ 15,000 ਦੀ ਟਰਾਲੀ ਹੈ ਘੱਟੋ ਘੱਟ, ਇਹ 3.25 ਲੱਖ ਦੀ ਟਰਾਲੀ ਬਣਦੀ ਹੈ। ਆਹੋ ਉੱਚੀ ਆਵਾਜ਼ ਕਰਕੇ ਡਿੱਕ ਲਾਇਆ ਸੀ। ਆਹ ਨੌਜਵਾਨ ਪੀੜ੍ਹੀਆਂ ਦੁਰ ਫੇੜੇ ਮੂੰਹ ਇਹੋ ਜਿਹਾ ਦਾ, ਫੁੱਲ ਦੁਰ ਦੁਰ ਫੇੜੇ ਮੂੰਹ, ਦੁਰ 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 ਤੇਰੇ ਫੇੜੇ ਮੂੰਹ ਇਹੋ ਜਿਹਾ ਦਾ। ਕੀ ਵੀਰ ਜੀ ਕੀ ਕਹਿਣਾ ਚਾਹੋਗੇ ਡਰਾਈਵਰ ਬਾਰੇ ਤੁਸੀਂ? ਦੂਰੋਂ ਲੈ ਕੇ ਆਉਂਦਾ, ਦੂਰੋਂ ਲੈ ਕੇ ਆਉਂਦਾ ਤੇ ਦੁਰ ਫੇਟੇ ਮੂੰਹ ਵਾਲਾ ਕੰਮ ਵੀ ਕਰਤਾ ਹੈ। ਆਹੋ ਉਹ ਹੀ ਕੰਮ ਹੋ ਗਿਆ ਵੀਰ ਹੋਣਾਂ ਨੇ ਨਿੱਕੀ ਜਿਹੀ ਵੱਟ ਤੋਂ ਟਰਾਲੀ ਪਲਟਾਤੀ। ਵੱਟ ਵੀ ਕਾਹਦੀ? ਆਹੋ ਉਹਦੇ ਜੀ ਮੁੱਦੀ ਮਾਰਤੀ। ਉੱਤੇ ਜੇ ਪੁਆ ਮਾੜੀ ਜੀ,
ਹਾਂਜੀ ਡਰਾਈਵਰ ਸਾਹਿਬ ਕੀ ਕਹਿਣਾ ਚਾਹੋਗੇ? ਤੇ ਇਹ ਹੁਣ ਜਿਹੜਾ ਤੁਸੀਂ ਰਾਸ਼ਨ ਖਿਲਾ ਰਹੇ ਤੁਸੀਂ ਚੱਕਣਾ ਹੈ ਘਰੋਂ ਟੋਕਰਾ ਦੇ ਨਾਲ ਇੱਕ ਪੰਜਾ ਲੈ ਕੇ ਆਓ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਇਹ ਵਾਧੂ ਦੀ ਪੈ ਖੁਰਾਕ ਨਹੀਂ ਦੇਣੀ ਪੈਲੀ ਨੂੰ ਕਹਿੰਦਾ ਇੱਥੇ ਨਾ ਪਲਟਦੀ ਉੱਥੇ ਪਲਟ ਜਾਂਦੀ ਲੈ ਅਸੀਂ ਲੈ ਕੇ ਨਹੀਂ ਜਾਂਦੇ ਟਰਾਲੀਆਂ ਹੈ ਮਾਰਦਾ ਗੱਲਾਂ ਵੇਲ ਲਾ ਲੈ ਦੱਸ ਅਵੇ ਹੁਣ ਤੁਹਾਨੂੰ ਮਸ਼ੀਨ ਦਾ ਜ਼ੋਰ ਵਿਖਾਵਾਂਗੇ ਮਸ਼ੀਨ ਕਿਸ ਕੰਮਾਂ ਦੇ ਵਿੱਚ ਆਉਂਦੀ ਹੈ ਲੈ ਵੀ ਪਾਓ ਗੁੱਲਾ ਆਓ ਉਹ ਟਰੈਕਟਰ ਨਾਲ ਲਾ ਲਈਏ ਕਿ ਰਹਿਣ ਦੀਏ ਟਰੈਕਟਰ ਨਾਲ ਲਾ ਲਈਏ ਕਿ ਰਹਿਣ ਦੀਏ ਉਹ ਯਾਰ ਲਿਓ ਤੇ ਨਹੀਂ ਲਾਈ ਕੱਕੂ ਏ ਫੱਟੀ ਵੀ ਕੱਢੀ ਫਿਰਦਾ ਉਹ ਲੈ ਵੇਖੀ ਡਰਾਈਵਰ ਫੱਟੀ ਕੱਢੀ ਫਿਰਦੇ ਤੁਹਾਡਾ ਭਲਾ ਜੇ ਆਹਾ ਇਹਨੂੰ ਫੱਟੀ ਤੇ ਨਗਵਾ ਦੀ ਡਰਾਈਵਰ ਸਾਹਿਬ ਨੇ ਨਜਾਇਜ਼ ਕਿੰਨਾ ਗਵਾਈ ਪਰੇ ਆਉਂਦੇ ਆ ਪਰੇ ਹੋਵੋ ਵੇਖੀ ਹੁਣ ਗੱਗੂ ਹੁਣਾਂ ਦੀਆਂ ਗਲਤੀਆਂ ਦੇ ਪਰਦਾ ਪਾਉਂਦੇ ਸੋਖੀ ਜੀ ਪਰਦਾ ਤੇ ਨਹੀਂ ਕਿਹਾ ਤੇ ਬੈਲਟ ਹੀ ਕਿਹਾ ਤੇ ਜਿਹੜੀਆਂ ਪਾਈਆਂ ਇਹਨਾਂ ਨੇ ਰੁਕ ਜਾਓ ਵੀਰ ਜੀ ਲਾਓ ਵੀਰ ਜੀ ਲੱਗੋ ਲਾਓ ਹੁਣ ਇਹ ਵੀਰ ਜੀ ਹੁਣ ਸਾਰਾ ਹੀ ਲਾਉਣਾ ਪੈਣਾ ਚਾਰ ਵਿੱਚੋਂ ਕੱਢਣਾ ਪੈਣਾ ਐਂ ਲਿਆਂਦਾ ਸਿੱਧਾ ਤੇ ਐਂ ਪੁੱਠਾ ਕਰਤਾ ਇਹ ਤਰੀਕਾ ਵਰਤਿਆ ਗਿਆ ਜੀ ਵੀਰੋ ਨਾਲ ਲਓ ਬਰੀਕ ਜ਼ਿਆਦਾ ਪੈਂਦਾ ਬੜਾ ਭੈਣ ਹੈਂ ਆਹੋ ਯਾਰ ਵਿੱਢ ਵਿੱਢ ਖਾਲੀ ਕਰ ਦੋ ਇੰਨਾ ਕਦੇ ਸਿੱਧਾ ਕਰ ਹੀ ਦੇਣਾ ਇੰਨਾ ਕਦੇ ਹੋ ਜਾਣਾ ਸਿੱਧਾ ਵਿੱਢ ਵਿੱਢ ਖਾਲੀ ਕਰ ਲਓ ਪਹਿਲਾਂ ਵਿੱਚ ਹੀ ਡਾਕਟਰ ਹੁਣਾਂ ਦਾ ਫੋਨ ਦੁਖੀ ਹੁੰਦੇ ਆ ਇਹ ਲਓ ਜੀ ਲਓ ਆਹੋ ਇਹਨਾਂ ਨੂੰ ਕਹਿ ਡਾਲਾ ਸਿੱਧਾ ਕਰ ਲਓ ਕੱਲਾ ਡਾਲਾ ਸਿੱਧਾ ਕਰਤਾ ਤੇ ਹੋ ਜਾਣੀ ਸਿੱਧੀ
ਨਹੀਂ ਇੰਨਾ ਦਾ ਵਜਨ ਥੋੜਾ ਨਾ ਟੁੱਟੂਗੀ, ਹੈਂ ਇਹ ਤਾਂ ਬਈ ਹੁਣ ਰਿਪੇਅਰ ਕਰਾਉਣਾ ਹੀ ਪੈਣਾ ਡੀਸੀ ਕੋਲ ਜਾ ਕੇ, ਇਹ 'ਚ ਤਾਂ ਕੋਈ ਗੱਲ ਹੀ ਨਹੀਂ, ਟੁੱਟਣਾ ਤਾਂ ਨਹੀਂ ਗਾ। ਹਾਂ ਉਹ ਤਾਂ ਫਿਰ ਰਿਪੇਅਰ ਕਰਾਉਣਾ ਹੀ ਪੈਣਾ, ਹੁਣ ਕਰਾ ਕੇ ਦੇਣਾ ਪੈਣਾ। ਗਈ 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 ਗਈ, ਚਲੋ 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 ਜੀ, ਚੱਲ 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 ਚੱਲ, ਸਿੱਧੀ ਜਾਂਦੇ ਸਿੱਧੀ ਜਾਂਦੇ 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 ਜਾਂਦੇ, ਹੋ ਗਈ ਸਿੱਧੀ ਵੀ। ਨਹੀਂ ਵਿੱਢ ਦਾ ਉੱਪਰੋਂ ਦਾ ਵਿੰਗਾ ਹੋ ਗਿਆ, ਹੁਣ ਕਿਉਂ ਮੈਂ ਕਰਕੇ ਆਵਾਂ, ਆਪ ਕਰ ਹੁਣ ਗਾ ਐਵੇਂ ਐਵੇਂ ਕਹੀ ਜਾਂਦਾ, ਹਵਾ ਟਰਾਲੀ ਹਵਾ ਘਾਟੇ, ਇਹਦੇ ਕਰਕੇ ਡਰਾਈਵਰੀ ਦਾ ਕਸੂਰ ਨਹੀਂ ਮੰਨਣਾ ਕਿਸੇ ਨੇ, ਡਰਾਈਵਰ ਵੀ ਤਗੜੇ ਅਸੀਂ ਹਾਂ ਸਵਾਹ ਮੰਨਦਾ, ਚੰਗੀ ਭਲੀ ਟਰਾਲੀ ਮੂਧੀ ਮਾਰਤੀ, ਵਿੰਗੀ ਵੀ ਕਰਤੀ ਵਿਚਾਰੀ, ਉੱਥੇ ਟੂ ਲਾ ਦੇਣਾ। ਨਹੀਂ ਮੈਂ ਤਾਂ ਬਚਾ ਕੇ ਕੀਤੀ, ਮੈਂ ਤਾਂ ਕਿਹਾ ਅਰਬੀ ਬਚਾਵਾਂ ਵੱਧ ਤੋਂ ਵੱਧ, ਵੀਰ ਕੀ ਕਹਿਣਾ ਚਾਹੋਗੇ, ਹੁਣ ਤੁਸੀਂ ਚਾਹ ਚੂ ਪੀ ਲਈ ਆ, ਹੈ ਹੁਣ ਤੁਸੀਂ ਟੋਕਰੀਆਂ ਨੇ ਇਹਨੂੰ ਲੱਦੋਗੇ ਸਾਰੇ ਨੂੰ ਮਲਵੇ ਨੂੰ, ਫਿਰ ਭਾਵੇਂ ਅਗਲੀ ਗੱਡੀ ਨਾਲ ਜੋੜ ਦੇ। ਹਾਂ ਹੁਣ ਚਾਹ ਪੀ ਲਈ ਭਲਾ, ਹੁਣ ਹੁਣ ਭਲਾ ਸਾਰੀਆਂ ਟਰਾਲੀਆਂ ਡੋਲ ਕੇ ਭਰਾ ਲੈ, ਚਾਹ ਪੀ ਲਈ ਇਹਨਾਂ ਨੇ, ਚਾਹ ਪੀਣ ਦਿਆ, ਜਾ ਚੜ ਜਾ ਉੱਤੇ ਦੋ ਮਿੰਟ, ਹੋਰ ਕਹਿੰਦੇ ਬੁੱਢਾ ਥੱਲੇ ਆ ਜੇ ਕਿਤੇ ਕਹਿ ਆਪੇ ਨੂੰ ਫੜੇ ਰਹੀਏ ਕਹਿ, ਧਿਆਨ ਨਾ ਧਿਆਨ ਨਾ ਵਾਟੇ ਬੂਮ ਤੇ ਚੜ ਬਈ, ਮੈਂ ਚਾਹ ਪੀਣਾ ਪਿਆ, ਤੇਰੇ ਪੈਰ ਦੁਖੀ ਨਹੀਂ ਜਾਂਦੇ, ਤੇਰੇ ਪੈਰ ਕੰਬੀ ਜਾਂਦੇ ਆ, ਲੈ ਆਉਣੇ ਉਹ ਵੀ। ਅਤੇ ਗੱਗੂ ਵੀਰ ਜੀ ਨੇ ਮਾਰ ਕੇ ਮੂਧੀ ਟਰਾਲੀ ਅਤੇ ਪੈਰਾਂ ਦੇ ਉੱਤੇ ਪਾਣੀ ਨਾ ਪੈਣ ਦਿੱਤਾ, ਅਤੇ ਜੇ ਮੰਮੀ ਕਿਤੇ ਇੱਥੇ ਹੁੰਦੀ ਅਤੇ ਮੈਂ ਨਾ ਕਿਹਾ ਹੀ ਬਾਤ, ਅਤੇ ਗੱਗੂ ਹੋਣਾਂ ਨੂੰ ਜਿਹੜੀ ਕੋਈ ਕਮੀ ਪੇਸ਼ੀ ਰਹਿ ਗਈ ਸੀ ਉਹਨਾਂ ਨੇ ਪੂਰੀ ਕਰਨੀ ਸੀ, ਉਹ ਉਹਨਾਂ ਦੇ ਇੱਥੇ ਹੈ ਨਹੀਂ, ਪਰ ਵੈਸੇ ਬਹੁਤ ਹੀ ਕਮੀ ਪੇਸ਼ੀ ਪੂਰੀ ਕੀਤੀ ਹੈ ਜੋ ਮੈਂ ਕਵਰੇਜ ਨਹੀਂ ਕਰ ਸਕਿਆ ਵੀਡੀਓ ਦੇ ਵਿੱਚ, ਅਤੇ ਮਿਲਦੇ ਤੁਹਾਨੂੰ ਨੈਕਸਟ ਵਲੋਗ 'ਚ, ਬਾਏ ਬਾਏ ਟਾਟਾ। ਜੇ ਵਲੋਗ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ, ਅਤੇ ਇੱਦਾਂ ਦੇ ਵਲੋਗ 'ਤੇ ਨਹੀਂ ਗਾਂਹ ਲੈ ਕੇ ਆਵਾਂਗੇ, ਕੋਸ਼ਿਸ਼ ਕਰਾਂਗੇ ਵੀ ਕੰਮ ਸਹੀ ਸਹੀ ਹੋਵੇ, ਵੀ ਇੱਦਾਂ ਦੇ ਕੰਮ ਤਾਂ ਨਾ ਹੁਣ ਪੁੱਠੇ, ਅਤੇ ਚਲੋ ਮਿਲਦੇ ਹਾਂ, ਬਾਏ ਬਾਏ ਠਾ ਠਾ।